ਜੱਜ ਦਾ ਵਿਚਾਰ ਪ੍ਰਾਈਮ ਏਸ਼ੀਆ ਟੀਵੀ ਤੇ ਮੈਂ ਹਾਂ ਹਰਮਨ ਥਿੰਦ ਤੁਸੀਂ ਵੇਖ ਰਹੇ ਹੋ ਚੱਜ ਦਾ ਵਿਚਾਰ ਤੇ ਮੇਰੇ ਨਾਲ ਨੇ ਗੁਰਪ੍ਰੀਤ ਸੰਧਾਵਾਲੀਆ ਬਹੁਤ ਬਹੁਤ ਸਵਾਗਤ ਹੈ ਆਪ ਸਭ ਦਾ ਹਰਮਨ ਥਿੰਦ ਜੀ ਬੜੇ ਧੰਨਵਾਦੀ ਸੀ ਤੁਸੀਂ ਸਾਡਾ ਤਾਰੁਫ ਕਰਵਾਇਆ ਦਰਸ਼ਕਾਂ ਦੇ ਨਾਲ ਮੈਂ ਬੜੀ ਕੋਸ਼ਿਸ਼ ਕਰਦੀ ਹਾਂ ਨਹੀਂ ਤੈਨੂੰ ਐਂ ਕਿਉਂ ਲੱਗਾ ਵੀ ਹੁਣੇ ਮੈਂ ਜਨਮ ਵਾਲਾ ਸਰੋਂ ਦਾ ਬੂਟਾ ਕੱਢ ਕੇ ਅੱਜ ਅਸੀਂ ਗੱਲ ਕਰਾਂਗੇ ਸਰੋਂ ਦੀਆਂ ਸੁਣਦੀਆਂ ਬਾਰੇ ਚ ਆਹ ਵੇਖੋ ਬੋਲ ਏਦਾਂ ਦੀ ਕੋਈ ਗੱਲ ਨਹੀਂ ਹੈ ਕਿਸਾਨ ਵੀਰੋ ਕਈ ਵਾਰ ਭੱਬੂ ਕੁੱਤਾ ਜਿਹੜਾ ਚੜ ਜਾਂਦਾ ਹੈ ਉਹ ਇਦਾਂ ਦਾ ਤਾਂ ਨਹੀਂ ਹੁੰਦਾ ਨਹੀਂ ਅਸੀਂ ਰੋਜ਼ ਤੁਹਾਡੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡਾ ਐਂਟਰਟੇਨਮੈਂਟ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੀਆਂ ਮਤਲਬ ਸਬਜ਼ੀ ਵਾਲੀਆਂ ਤਰ੍ਹਾਂ ਨਹੀਂ ਲਾ ਲੈਣੀਆਂ ਤੁਸੀਂ ਉਹ ਤੁਹਾਡੇ ਵਰਗੇ ਨਹੀਂ ਆ ਹਾਂ ਦੇ ਕੈਨ ਅੰਡਰਸਟੈਂਡ ਜੀ ਹਾਂ ਗ੍ਰੇਜੀ ਚ ਹਾਂ ਮੈਂ ਤਾਂ ਇਹ ਕਹਿ ਰਹੀ ਸੀ ਕਿ ਅਸੀਂ ਹਰ ਰੋਜ਼ ਤੁਹਾਡੇ ਨਾਲ ਅਲੱਗ ਅਲੱਗ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਨ ਦੇ ਲਈ ਆਉਂਦੇ ਹਾਂ ਤੇ ਅੱਜ ਵੀ ਆ ਗਏ ਅੱਜ ਤੂੰ ਇੱਕੋ ਤਰ੍ਹਾਂ ਦੀਆਂ ਕਰ ਲਓ ਨਹੀਂ ਹਾਂ ਮਜ਼ਾ ਨਹੀਂ ਆਉਂਦਾ ਫਿਰ ਮੈਂ ਦੱਸਾਂ ਉਹਨਾਂ ਨੇ ਮਤਲਬ ਨਹੀਂ ਮਤਲਬ ਹਾਂ ਸੋ ਇੱਕ ਤਾਂ ਨਾ ਮਤਲਬ ਤੁਸੀਂ ਐਕਸਪ੍ਰੈਸ਼ਨ ਹੀ ਦੇ ਲਓ ਬਾਕੀ ਪ੍ਰੋਗਰਾਮ ਦਾ ਕੱਲ ਕਰ ਲਈਏ ਨਹੀਂ ਵੈਸੇ ਅੱਜ ਆਪਾਂ ਪ੍ਰੋਗਰਾਮ ਕਰਦੇ ਹਾਂ ਜੀ ਗੁਰਪ੍ਰੀਤ ਦੇ ਐਕਸਪ੍ਰੈਸ਼ਨਸ ਦੇ ਉੱਪਰ ਹਾਂਜੀ ਆਉਣ ਦਿਓ ਵੈਰੀ ਗੁੱਡ ਵਾਂਸ ਅਗੇਨ ਇੱਕ ਵਾਰ ਹੋਰ ਮੇਰੀ ਭਾਵੇਂ ਤੌਣ ਨੂੰ ਕਢਾ ਪੈ ਜੇ ਗੁਰਪ੍ਰੀਤ ਬੈਠੇ ਕਿਵੇਂ ਹੋ ਡੋਂਟ ਯੂ ਹੈਵ ਮੈਨਰਸ ਅੱਜ ਮੈਂ ਨਾ ਮਤਲਬ ਆਨੰਦਿਤ ਮਹਿਸੂਸ ਕਰ ਰਿਹਾ ਇਹ ਬਹੁਤ ਆਨੰਦਿਤ ਮਹਿਸੂਸ ਕਰ ਰਹੇ ਨੇ ਵੈਸੇ ਫਿਲਹਾਲ ਤਾਂ ਪਰ ਆਪਾਂ ਬਾਕੀ ਦੀਆਂ ਗੱਲਾਂ ਬਾਤਾਂ ਜ਼ਰੂਰ ਤੁਹਾਡੇ ਨਾਲ ਕਰਾਂਗੇ ਪਰ ਸਮਾਂ ਇੱਕ ਗਾਣੇ ਦਾ ਹੋ ਗਿਆ ਪਹਿਲਾਂ ਆਉਂਦੇ ਹੀ ਥੋੜ੍ਹਾ ਜਿਹਾ ਗਾਣਾ ਸੁਣ ਲਈ ਨਾਲੇ ਮੈਂ ਦੀਆਂ ਮੈਂ ਗੀਤ ਸੁਣਾ ਦੇਣਾ ਸੁਹੇ ਵਿਚੀਰੇ ਵਾਲਿਆ ਮੈਂ ਕਹਿਨੀ ਆ ਸੁਹੇ ਵਿਚੀਰੇ ਵਾਲਿਆ ਮੈਂ ਕਹਿਨੀ ਆ ਨਾਲ ਵੇੜ ਕੇ ਲਿਆਇਆ ਕਰ ਮੈਂ ਤਾਂ ਹੀ ਗਲ ਪੈਨੀ ਆ ਸੁਹੇ ਵਚੀਰੇ ਵਾ ਇਹ ਵਿੱਚੋਂ ਨਾਲ ਵੇੜ ਕੇ ਲਿਆਇਆ ਕਰ ਇਹ ਕਿੱਥੋਂ ਮਤਲਬ ਚੀਰਾ ਜਿਹੜਾ ਤੁਸੀਂ ਮਤਲਬ ਜੋ ਬੰਨ ਕੇ ਜਾਣਾ ਚੰਗਾ ਭਲਾ ਜਾਣਾ ਜਦੋਂ ਉਦੋਂ ਬਾਅਦ ਪੀਤੀ ਹੁੰਦੀ ਉਦੋਂ ਬਾਅਦ ਚੀਰਾ ਕਿੱਥੇ ਹੁੰਦਾ ਬੰਦਾ ਕਿੱਥੇ ਹੁੰਦਾ ਤੇ ਫਿਰ ਜਦੋਂ ਲਿਬੜਿਆ ਹੁੰਦਾ ਤੇ ਫਿਰ ਆਉਂਦੇ ਨੇ ਮਤਲਬ ਤਾਪ ਹੀ ਫੜਨੇ ਉਹਦੇ ਦੁਆਲੇ ਫਿਲਹਾਲ ਸੂਹੇ ਵੇ ਕੁੜਤੇ ਵਾਲਿਆ ਮੈਂ ਕਹਿੰਦੀ ਹਾਂ ਆਏ ਹਾਏ ਹਾਏ ਮੂੰਹ ਬੰਦ ਕਰ ਲਿਆ ਕਰ ਵੇ ਬੋਬੜੀ ਆਉਂਦੀ ਆ ਇੱਕ ਮਿੰਟ ਰੈਂਡਮ ਹੁਣ ਐਕਸਪ੍ਰੈਸ਼ਨ ਬੰਦਾ ਮੇਰਾ ਮਤਲਬ ਧੌਣ ਜੇ ਵਿੰਗੀ ਹੋ ਗਈ ਨਾ ਮੈਂ ਨੀ ਸਿੱਧੀ ਹੁਣ ਹੋ ਲੈਣਾ ਤੇ ਕੋਈ ਗੱਲ ਨਹੀਂ ਮਤਲਬ ਖਬਰਾਂ ਦੇ ਇਸ ਬੁਲੇਟਿਨ ਵਿੱਚ ਮੈਂ ਹਾਂ ਚਮਨ ਕੁਮਾਰ ਅੱਜ ਦੇ ਪ੍ਰੋਗਰਾਮ ਮੁੱਦੇ ਗੱਡੇ ਰਹਿਣਗੇ ਭਾਗ ਲੈਣ ਲਈ ਮੇਰੇ ਨਾਲ ਨੇ ਸ਼੍ਰੀ ਪੰਗਾ ਜੇ ਇੰਨੇ ਸਾਲਾਂ 'ਚ ਟੀਵੀ ਸੈੱਟ ਬਦਲ ਸਕਦਾ ਹੈ ਤਾਂ ਟੀਵੀ ਪ੍ਰੋਗਰਾਮ ਕਿਉਂ ਨਹੀਂ ਹੁਣ ਪ੍ਰਾਈਮ ਏਸ਼ੀਆ ਟੀਵੀ ਲੈ ਕੇ ਆਇਆ ਉਹ ਚੇਂਜ ਮੈਂ ਹਾਂ ਜੁਗਰਾਜਦੀਪ ਸਿੰਘ ਖਬਰ ਕੋਈ ਵੀ ਹੋਵੇ ਅਸੀਂ ਦਿੰਦੇ ਹਾਂ ਨਿਰਪੱਖਤਾ ਨਾਲ ਕਿਉਂਕਿ ਅਸੀਂ ਰੱਖਦੇ ਹਾਂ ਹਰ ਖਬਰ ਤੇ ਬਾਜ਼ ਨਜ਼ਰ ਤੇ ਮੈਂ ਹਾਂ ਜਤਿੰਦਰ ਪੰਨੂ ਮੁੱਦੇ ਜਾਂ ਘਟਨਾਵਾਂ ਧਾਰਮਿਕ ਜਾਂ ਇਤਿਹਾਸਿਕ ਖੋਲਣ ਦਾ ਕੰਮ ਸਾਡਾ ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਮੈਂ ਹਾਂ ਹਰਮਨ ਥਿੰਦ ਤੇ ਤਵਾ ਜਿਵੇਂ ਅਸੀਂ ਲਾਉਂਦੇ ਹਾਂ ਕੋਈ ਨਹੀਂ ਲਾਉਂਦਾ ਮੈਂ ਪ੍ਰਿਥੀਪਾਲ ਸਿੰਘ ਸੋਹੀ ਮੈਂ ਲੈ ਕੇ ਆਵਾਂਗਾ ਖਬਰਾਂ ਤੇ ਤਬਸਰਾ ਲਾਈਟਸ ਕੈਮਰਾ ਐਕਸ਼ਨ ਐਂਟਰਟੇਨਮੈਂਟ ਬਿਯੋਂਡ ਇਮੇਜਿਨੇਸ਼ਨ ਮੈਂ ਰੂਪ ਕੌਰ ਲੈ ਕੇ ਆਵਾਂਗੀ ਗਲੈਮਰ ਦੀ ਦੁਨੀਆ ਦੇ ਰਾਜ਼ ਕਿਉਂਕਿ ਟੈਨਸ਼ਨਸ ਐਂਡ ਸਟ੍ਰੈਸ ਤੋਂ ਦੂਰ ਐਂਟਰਟੇਨਮੈਂਟ ਵੀ ਚਾਹੀਦਾ ਹਜ਼ੂਰ ਮੈਂ ਹਾਂ ਸਵਰਨ ਸਿੰਘ ਟੈਣਾ ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ ਤੇ ਹਰ ਖਬਰ ਵਿਚਲੀ ਖਬਰ ਦੀ ਖਬਰ ਲੈਂਦੇ ਹਾਂ ਅਸੀਂ ਸੁਪਨ ਸੰਧੂ ਦੇ ਸੰਗ ਤੁਸੀਂ ਮਾਣੋਗੇ ਸਾਹਿਤ ਇਤਿਹਾਸ ਤੇ ਸੱਭਿਆਚਾਰ ਦੇ ਰੰਗ ਮੈਂ ਹਾਂ ਅਵਨੀਤ ਸਿੰਘ ਤੇਜਾ ਪ੍ਰਾਈਮ ਇਲੈਕਸ਼ਨ ਵਿੱਚ ਨੇਤਾਵਾਂ ਦੇ ਦਾਅਵਿਆਂ ਲਾਰਿਆਂ ਅਤੇ ਸਿਆਸੀ ਕੋਲ ਦੇ ਰੈਫਰੀ ਹਾਂ ਅਸੀਂ ਮੇਰਾ ਨਾਮ ਤੂਬਾ ਅੰਜਮ ਹਾਸ਼ਮੀ ਹਮ ਦੇਂਗੇ ਆਪਕੋ ਆਗਾਹੀ ਸਰਹੱਦ ਪਾਰ ਕੇ ਮਾਮਲਾਤ ਕੀ ਹਿੰਦੁਸਤਾਨ ਔਰ ਪਾਕਿਸਤਾਨ ਕੀ ਇਨ ਪ੍ਰਾਈਮ ਪਾਕਿਸਤਾਨ ਮੈਂ ਦਵਿੰਦਰ ਸਿੰਘ ਬੈਨੀਪਾਲ ਤੁਹਾਡੀ ਕਚਹਿਰੀ ਵਿੱਚ ਤੁਹਾਡੇ ਜਜ਼ਬਾਤਾਂ ਨੂੰ ਸਵਾਲ ਬਣਾ ਕੇ ਪੇਸ਼ ਕਰਦਾ ਹਾਂ ਆਪਣੇ ਮਹਿਮਾਨਾਂ ਅੱਗੇ ਅਸੀਂ ਦਿੰਦੇ ਹਾਂ ਤੁਹਾਡੇ ਜਜ਼ਬਾਤਾਂ ਨੂੰ ਆਵਾਜ਼ ਮਿਹਨਤ ਅਦਾਕਾਰਾਂ ਦੀ ਮਸ਼ਹੂਰੀ ਟੀਵੀ ਤੇ ਅਖਬਾਰਾਂ ਦੀ ਕਰੋੜਾਂ ਲਾ ਕੇ ਫਿਲਮ ਬਣੀ ਪਰ ਤੁਸੀਂ ਵੇਖ ਸਕਦੇ ਹੋ ਜਾਂ ਨਹੀਂ ਦੱਸਾਂਗੀ ਮੈਂ ਕੁਸੁਮ ਪ੍ਰਾਈਮ ਰਿਵਿਊ ਵਿੱਚ ਮੈਂ ਸਪਨ ਮੰਚਨ ਦਾ ਖਬਰਾਂ ਦੀ ਵਧਾਵਾਂਗੇ ਰਫਤਾਰ ਫਿਲਮ ਇੰਡਸਟਰੀ ਦੀ ਵੀ ਲਵਾਂਗੇ ਸਾਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਹਰ ਫਨਕਾਰ ਚੰਗੇ ਦੀ ਹੋਵੇਗੀ ਪ੍ਰਸ਼ੰਸਾ ਤੇ ਮਾੜੇ ਤੇ ਵੀ ਕਰਾਂਗੇ ਵਿਚਾਰ ਅੰਗਰੇਜ਼ ਤੇ ਅਰਦਾਸ ਵਰਗੀਆਂ ਸੁਪਰ ਹਿੱਟ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ ਨੂੰ ਚੇਂਜ ਕਰਨ ਤੋਂ ਬਾਅਦ ਅਮਨ ਖਟਕਰ ਲੈ ਕੇ ਆਏ ਨੇ ਟੀਵੀ ਦੀ ਦੁਨੀਆ ਵਿੱਚ ਵੱਡੀ ਚੇਂਜ।
प्राइम एशिया टीवी तुहाडे सहयोग नाल। हाँ जी हरमन जी गुरबीर सब तो पहला मैं थोने एक पॉजिटिव गल दसना चाहनी हां जी एदे थानू मुंह बनाउण दी की लोड़ पई मैं का पॉजिटिव गल मैं नेगेटिव एक्सप्रेशन दे देवा मंगा पै सकदा कि ताई थानू मैं पहला दसदा कि मैं पॉजिटिव गल कर हां जी आउण दियो देखो पॉजिटिव गल ये है कि टीचर्स बहुत तरह दे तुसी देखे होणगे सुने होणगे बड़ी तरह दे टीचर हुंदे भाई मैं थानू की दसां इन्हां नूं तो ज्यादा एक्सपीरियंस ने आपां जाणदे आ इन्हां दे कोलों वी टीचर किन्ने प्रकार दे हुंदे ने हां जी गुरप्रीत जी देखो जी एक टीचर ओ हुंदे ने जिन्हां दा काम हुंदा मतलब क्लास दे विच वड़न तों पहले ना अद्धे न्याणे बेचारे का साह सुते जाता भी लै अज मेरी बारी आनी कापी नहीं हैगी कुछ एक टीचर ऐसे होंगे भी उन्होंने टीचर का मतलब जो क्लास के एंट्री मगर होंगी है न्याणे पहला आयो मैडम आ गई अज फिर अज पढ़ाऊगी है पता कहना मैं ही कह दे कि का खा ही सुना दे अज बोली नहीं यार अच्छा एक टीचर होर तरह के होंगे वो क्लास च कदों आते क्लास चो कदों चले जाते पता नहीं लगता न्याणे किडनी मुंडा कहदा मतलब उहदे अग्गे भी बच्चा हैगा छोटा जिहा सो किडनी नाल रिलेटेड प्रॉब्लम हुई तो डॉक्टर्स ने कहा कि उहदी किडनी जिहड़ी है उह ट्रांसप्लांट करनी पएगी ਹੁਣ ਉਹਦੇ ਜਿਹੜੇ ਪੇਰੈਂਟਸ ਸੀ ਮੁੰਡੇ ਦੇ ਉਹਨਾਂ ਨੇ ਵੇਖਿਆ ਕਿ ਅਸੀਂ ਇੰਨਾ ਖਰਚਾ ਅਫੋਰਡ ਨਹੀਂ ਕਰ ਸਕਦੇ ਸੋ ਉਹਨਾਂ ਨੇ ਜਿੱਥੇ ਉਹ ਪੜ੍ਹਦਾ ਹੁੰਦਾ ਸੀ ਨਾ ਜਿਹੜੇ ਸਕੂਲ 'ਚ ਉੱਥੇ ਸੋਚਿਆ ਵੀ ਇੱਕ ਆਪਾਂ ਨਾ ਮੈਚ ਜਿਹਾ ਕਰਾਉਂਦੇ ਹਾਂ ਐਂਡ ਉਹਦੇ 'ਤੇ ਜਿੰਨੇ ਵੀ ਜਿੰਨੇ ਪੈਸੇ ਡੋਨੇਟ ਕਰਨੇ ਹੋਣਗੇ ਪੈਸੇ ਡੋਨੇਟ ਕਰ ਦੇਣਗੇ ਹੁਣ ਜਿਹੜਾ ਉਹ ਸਕੂਲ ਦਾ ਪ੍ਰਿੰਸੀਪਲ ਸੀ ਉਹਨੇ ਆਪਣੇ ਟੀਚਰਸ ਨੂੰ ਵੀ ਦੱਸਿਆ ਕਿ ਇੱਦਾਂ ਇੱਦਾਂ ਗੱਲ ਹੈ ਅੱਛਾ ਉਹਨਾਂ ਦੇ ਵਿੱਚੋਂ ਇੱਕ ਟੀਚਰ ਜਿਹੜੀ ਕਿ 1990 ਦੇ ਵਿੱਚ ਉਸ ਬੱਚੇ ਨੂੰ ਕਿਤੇ ਮਿਲੀ ਸੀ ਪੜ੍ਹਾਉਂਦੀ ਨਹੀਂ ਸੀ ਸਕੂਲ ਦੇ ਵਿੱਚ ਕਿਤੇ ਉਹਨੇ ਵੇਖਿਆ ਸੀ ਕਿ ਬੱਚਾ ਮੇਰੇ ਸਕੂਲ 'ਚ ਪੜ੍ਹਦਾ ਉਹ ਟੀਚਰ ਨੇ ਵੇਖਿਆ ਕਿ ਤਾਂ ਉਹੀ ਬੱਚਾ ਉਸ ਟੀਚਰ ਨੇ ਇੱਛਾ ਜ਼ਾਹਿਰ ਕੀਤੀ ਕਿ ਮੈਂ ਆਪਣੀ ਕਿਡਨੀ ਇਸ ਮੁੰਡੇ ਨੂੰ ਡੋਨੇਟ ਕਰਨਾ ਚਾਹੁੰਦੀ ਹਾਂ ਐਂਡ ਮੇਰੇ ਟੈਸਟ ਵਗੈਰਾ ਉਹ ਕਹਿੰਦੇ ਕਰਕੇ ਵੇਖ ਲਓ ਜੇ ਬਲੱਡ ਵਗੈਰਾ ਮੈਚ ਹੋ ਜਾਏ ਕਿਡਨੀ ਸੈਂਪਲ ਮੈਚ ਹੋ ਜਾਏ ਤਾਂ ਸਾਰਾ ਕੁਛ ਕੀਤਾ ਸਾਰਾ ਕੁਛ ਮੈਚ ਹੋ ਗਿਆ ਐਂਡ ਉਸ ਲੇਡੀ ਨੇ ਆਪਣੀ ਕਿਡਨੀ ਉਹਨੂੰ ਡੋਨੇਟ ਕਰ ਦਿੱਤੀ ਜਦੋਂ ਬਾਅਦ ਵਿੱਚ ਪੁੱਛਿਆ ਗਿਆ ਕਿ ਇੱਦਾਂ ਕਿਉਂ ਕੀਤਾ ਤਾਂ ਉਸ ਲੇਡੀ ਦੀਆਂ ਵਰਡਿੰਗ ਸੀ ਕਿ ਮੇਰੀ ਉਮਰ 53 ਈਅਰਸ ਦੀ ਹੈ ਐਂਡ ਮੈਂ ਆਪਣੀ ਜ਼ਿੰਦਗੀ ਵੇਖ ਚੁੱਕੀ ਹਾਂ ਇੰਜੋਏ ਕਰ ਚੁੱਕੀ ਹਾਂ ਪਰ ਤੇਰੀ ਉਮਰ ਬਹੁਤ ਥੋੜ੍ਹੀ ਹੈ ਪਲੱਸ ਤੇਰਾ ਇੱਕ ਬੱਚਾ ਵੀ ਹੈ ਸੋ ਤੇਰੀ ਜ਼ਿੰਦਗੀ ਜ਼ਿਆਦਾ ਇੰਪੋਰਟੈਂਟ ਹੈ ਇਸ ਲਈ ਉਹਨੇ ਆਪਣੀ ਕਿਡਨੀ ਡੋਨੇਟ ਕੀਤੀ ਕੀ ਬਾਤ ਹੈ ਇੱਕ ਪਾਸੇ ਮਤਲਬ ਉਹ ਟੀਚਰ ਜਿਹੜੀ ਇੱਕ ਸਕੂਲ ਦੀ ਟੀਚਰ ਸੀ ਉਹ ਸਕੂਲ ਦੇ ਵਿੱਚ ਕਦੀ ਕਿਤੇ ਜਵਾਕ ਪੜ੍ਹਦਾ ਸੀ ਤੇ ਉਹਦੀ ਹੈਲਪ ਕਰਤੀ ਬਿਲਕੁਲ ਤੇ ਇੱਕ ਪਾਸੇ ਉਹ ਵੀ ਟੀਚਰ ਹੁੰਦੇ ਨੇ ਨਾ ਇਹਨਾਂ ਦਾ ਕੰਮ ਤਾਂ ਓਏ ਆ ਲੱਸੀ ਲਿਆ ਓਏ ਮਾਤਰ ਕੁੱਤੇ ਦੇ ਹਾਡਾ ਕੰਨਾਂ ਦੇ ਕਰਕੇ ਮਾਰਨੀ ਇੱਕ ਕਿਆ ਟਾਈਮ ਲੈ ਗਿਆ ਸਿਰ ਦੁਖਣਾ ਮੇਰਾ ਕੁੜਕੁੜੇ ਆਖੇ ਲਾ ਦੇ ਬਿਲਕੁਲ ਤੁਸੀਂ ਕਿਵੇਂ ਮੇਰੇ ਆਲੂ ਹੈਲੋ ਕਿਤਾਬ ਖੋਲ ਕੇ ਪੜ੍ਹ ਲਓ ਕੋਈ ਨਹੀਂ ਮੈਂ ਐਜ਼ ਅ ਟੀਚਰ ਗੱਲ ਕਰ ਰਿਹਾ ਤੁਸੀਂ ਅੱਛਾ ਮੈਂ ਡਾਰੀ ਗਈ ਸੀ ਗੁਰਪ੍ਰੀਤ ਗਾਣਾ ਸੁਣੀ ਆਪਾਂ ਹਾਂ ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ हां जी हरमन जी हां जी ਐਵੇਂ ਦੰਦੀਆਂ ਨਾ ਕੱਢਿਆ ਕਰਨੀ ਕਿਤੇ ਕਰੇੜਾ ਡਿੱਗ ਪਊ हां जी ਆਉਣ ਦਿਓ ਮੈਂ ਜਿਹੜੀ ਗੱਲ ਕਰਨ ਲੱਗੀ ਸੀ ਸਾਰੀਆਂ ਗੱਲਾਂ ਤੂੰ ਹੀ ਕਰੀ ਜਾਣੀਆਂ ਗੁਰਪ੍ਰੀਤ ਜੀ ਮੈਂ ਵੀਡੀਓ ਵੇਖੀ ਕਿਹੜੀ ਵੀਡੀਓ ਜਿਹੜੀ ਤੁਸੀਂ ਵੀ ਮੇਰੇ ਨਾਲ ਵੇਖੀ ਜਿਹਨੂੰ ਵੇਖ ਕੇ ਮੈਂ ਹਿਊ ਕਰਕੇ ਲੁੱਕ ਗਈ ਸੀ ਹਿਊ ਕਰਕੇ ਉਹ ਹਾਂ ਬਈ ਕਮਾਲ ਹੋ ਗਈ ਬੰਦੇ ਦੀ ਵੀਡੀਓ ਭਾਈ ਸਾਹਿਬ YouTube ਤੇ ਜਾ ਕੇ ਤੁਸੀਂ ਵੀ ਦੇਖਣੀ ਹੈ ਬੰਦੇ ਦਾ ਨਾਮ ਕੀ ਸੀ ਮੈਨੂੰ ਭੁੱਲ ਗਿਆ ਮੈਂ ਵੀ ਨਾ ਭੁੱਲ ਗਈ ਹਾਂ ਪਰ ਨਾ ਮਤਲਬ ਕੋਈ ਠੀਕ ਕੰਮ ਨਹੀਂ ਹੈਗੇ ਉਹਦੇ ਮੈਂ ਤੁਹਾਨੂੰ ਦੱਸਾਂ ਮਤਲਬ ਹੈਰਾਨਗੀ ਗੋਰੇ ਕਿੱਦਾਂ ਕਿੱਦਾਂ ਦੇ ਸ਼ੌਕ ਪਾਲ ਲੈਂਦੇ ਯਾਰ ਭਲਿਆ ਲੋਕਾਂ ਤੂੰ ਕੋ ਵਹਿਮ ਪਾਲ ਲਾ ਕੋ ਵੱਡੀ ਕਾਰ ਰੱਖ ਲਾ ਮਤਲਬ ਕੋ ਕੁੱਤਾ ਮੱਝ ਗਾਂ ਰੱਖ ਲਾ ਮਤਲਬ ਕੋ ਕਿਊਟ ਜੀ ਬਿੱਲੀ ਰੱਖ ਲਾ ਹੋ ਜਾਣੇ ਜਿਹੜੇ ਚਾਰ ਪਰੌਣੇ ਉਹਨੂੰ ਗੱਲਾਂ ਗੁੱਲਾਂ ਜਾਂ ਪੁੱਟ ਲੈਣ ਉਹਦੀਆਂ ਹਾਂ ਹੈ ਨਾ ਮਾਨੋ ਬਿੱਲੀ ਸੱਪ ਕਦੀ ਉਹਦਾ ਗੁੱਟ ਫੜ ਲੈਂਦਾ ਹੈ ਗੁੱਸੇ ਦੇ ਨਾਲ ਐਂਡ ਇੱਕ ਸੱਪ ਤਾਂ ਏਦਾਂ ਵੀ ਜਿਹੜਾ ਕਹਿੰਦਾ ਵੀ ਮੈਂ ਤਾਂ ਹੁਣ ਤੈਨੂੰ ਮਾਰੂ ਹੀ ਮਾਰੂ ਮਤਲਬ ਏਦਾਂ ਦਾ ਅੱਛਾ ਉਹ ਬੰਦਾ ਨਾ ਐਂ ਕਰਕੇ ਕਹਿੰਦਾ ਉਧਰੋਂ ਸੱਪ ਉਹਦੀ ਗੁੱਟ ਫੜਦਾ ਉਹਨੂੰ ਕਹਿੰਦਾ ਇਹ ਉਹ ਦੱਸ ਸੱਪ ਇਧਰੋਂ ਬਾਬਾ ਉਹ ਬਾਬਾ ਉਹ ਬਾਬਾ ਸੀਰੀਅਸਲੀ ਮੈਨੂੰ ਇੱਥੇ ਮਤਲਬ ਮੈਨੂੰ ਐਂ ਲੱਗਿਆ ਵੀ ਜਾਂ ਤਾਂ ਉਹ ਕਦੇ ਪੀਤੀ ਖਾਲੀ ਸੱਪ ਦੇ ਉੱਤੇ ਬਹਿ ਗਿਆ ਉਹਨੂੰ ਕਹਿੰਦਾ ਵੀ ਤੂੰ ਨਿਕਲਣਾ ਬਾਹਰ ਕਿ ਮੈਂ ਕੱਢਾਂ ਤੈਨੂੰ ਖੇਤਰਾ ਪੁੱਛਦਾ
ਸਾਪੀ ਬੈਠਾ ਮੇਰੀ ਤੋਂ ਅੱਛਾ ਉਹ ਮਤਲਬ ਉਹ ਸੱਪ ਇਦਾਂ ਦੇ ਆ ਵੀ ਉਹ ਇੱਕ ਅੱਧਾ ਸੱਪ ਹੀ ਬੰਦੇ ਨੂੰ ਵਲੇਟਾ ਮਾਰ ਲੈ ਤੇ ਸਮਝੋ ਗਿਆ ਅੱਛਾ ਉਦਾਂ ਦੇ ਉਹ ਤਿੰਨਾਂ ਦੇ ਵਿੱਚ ਬੈਠਾ ਤੇ ਉਹ ਮਤਲਬ ਕਹਿ ਇਹ ਰਿਹਾ ਕਿ ਮੇਰੇ ਪਾਲਤੂ ਨੇ ਕਿਆ ਮਤਲਬ ਲਿਟਰਲੀ ਪਾਲਤੂ ਚੀਜ਼ ਕੋਈ ਹੋਰ ਮਤਲਬ ਤੂੰ ਹੋਰ ਕੋਈ ਤੂੰ ਵਹਿਮ ਹੀ ਪਾਲਲਾ ਭਰਿਆ ਲੋਕਾ ਕੁਝ ਤੂੰ ਸੱਪ ਪਾਲ ਕੇ ਬੈਠਾ ਪਤਾ ਨਹੀਂ ਉਤੋਂ ਵੀਡੀਓ ਮੈਨੂੰ ਤਾਂ ਇਹ ਗੱਲ ਪੱਕੀ ਲੱਗਦੀ ਹੈ ਵੀ ਉਹਨਾਂ ਦੇ ਘਰੇ ਰਿਸ਼ਤੇਦਾਰੀ ਚ ਕੋਉਂਦਾ ਜਾਂਦਾ ਨਹੀਂ ਹੋਣਾ ਤੇ ਹੋਰ ਸੱਪਾਂ ਵਾਲਿਆਂ ਦੇ ਕੀ ਕਰਨ ਜਾਣਾ ਕਿ ਮਤਲਬ ਜਾਂ ਇਹ ਵੀ ਹੋ ਸਕਦਾ ਅੱਛਾ ਇੱਕ ਗੱਲ ਹੋਰ ਵੀ ਹੋ ਸਕਦੀ ਉਹਨਾਂ ਦੀਆਂ ਕੁੜੀਆਂ ਬਹੁਤ ਸੌਖੀਆਂ ਹੋਣੀਆਂ ਜਿਹਦੇ ਜਿਹੜੇ ਘਰੇ ਵਿਆਹੀਆਂ ਹੋਣੀਆਂ ਉਹ ਤਾਂ ਫਿਰ ਉਹ ਉੱਥੇ ਵੀ ਡਰਾਵਾ ਦੇ ਦੇਣ ਮੈਂ ਆਪਣੇ ਵੀਰ ਨੂੰ ਕਹਿ ਕੇ ਖੱਟਾ ਸੱਪ ਮੰਗਾ ਲੈਣਾ ਹੀ ਬਹੁਤੀ ਤੜਫੜ ਕੀਤੀ ਤਾਂ ਤੇ ਉਧਰੋਂ ਮਤਲਬ ਫੁੱਫੜ ਵੀ ਜਿੱਦਾਂ ਕਿਤੇ ਆਉਂਦਾ ਹੋਣਾ ਮਤਲਬ ਸਾਰੇ ਨਿਆਣੇ ਨੂੰ ਮਿਲਾਉਣ ਨੂੰ ਉਹ ਵੀ ਜਰਾ ਨੁਕਰੇ ਕੁਰਸੀ ਤੇ ਐਂ ਬੈਠਣਾ ਵੀ ਸਾਲਾ ਮੇਰਾ ਕਿਤੇ ਪੀ ਨਾ ਲਵੇ ਹੁਣੇ ਹੋਰ ਮੈਨੂੰ ਕਹੇ ਵੀ ਆ ਤੈਨੂੰ ਜੀਜਾ ਸੱਪ ਦਿਖਾ ਕੇ ਲਿਆਵਾਂ ਉਹ ਰਾਤ ਪੱਕੀ ਗੱਲ ਹੀ ਨਹੀਂ ਨਾਉਣਾ ਨਾਲ ਜਿਹਨੂੰ ਕਹਿੰਦਾ ਵੀ ਮੈਂ ਬੈੱਡ ਤੇ ਸੁੱਤਾ ਹਾਂ ਪਤਾ ਲੱਗੇ ਵੀ ਰਾਤ ਨੂੰ ਹੈਉ ਕਰਕੇ ਮੇਰੀ ਛਾਤੀ ਤੇ ਬੈਠਾ ਹੋਵੇ ਮਾਈ ਗੋਡ ਤੁਸੀਂ ਲਿਟਰਲੀ ਉਹ ਵੇਖੋਗੇ ਵੀਡੀਓ ਤੇ ਆਮ ਡੈਮ ਸ਼ੋਰ ਕਿ ਤੁਹਾਨੂੰ ਵੀ ਕੁਝ ਹੋਣ ਲੱਗ ਜਾਣਾ ਪ੍ਰਾਈਮ ਏਸ਼ੀਆ ਦੇ ਵਿਹੜੇ ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਮੈਡਮ ਹਰਮਨ ਥਿੰਦ ਜੀ ਵਾਂਗੂ ਲੈਵੇ ਇੰਨੇ ਕਿਉਂ ਦੇ ਰਹੇ ਹੋ ਵੈਸੇ ਮੈਂ ਅੱਛਾ ਤੂੰ ਮੈਨੂੰ ਗੱਲ ਸੁਣਾਈ ਜਾਂਦੀ ਇੱਕ ਟਾਇਲਟ ਸੀਟ ਦੀ ਉਹ ਕੀ ਚੱਕਰ ਆ ਭਲਾ ਆਪੇ ਸੁਣਾ ਲਾ ਨਹੀਂ ਫਿਰ ਵੀ ਉਹ ਕਿੱਥੇ ਲੱਗੀ ਆ ਇੱਕ ਮਿਊਜ਼ੀਅਮ ਹੈ ਅੱਛਾ ਜੀ ਉਹਦੇ ਵਿੱਚ 18 ਕੈਰਟ ਗੋਲਡ ਦੀ ਟੋਇਲਟ ਸੀਟ ਲੱਗੀ ਹੋਈ ਹੈ ਸੋਨੇ ਦੀ ਭਾਈ ਜਦੋਂ ਪਹਿਲੀ ਗੱਲ ਤਾਂ ਮੈਨੂੰ ਨਾ ਜਦੋਂ ਨੇ ਗੱਲ ਦੱਸੀ ਮੈਂ ਧਰਮੀ ਗੱਲ ਵੇਖੀ ਵੀ ਮਤਲਬ ਕਰਿਓਸਟੀ ਹੁੰਦੀ ਭਾਈ ਸਾਹਿਬ ਸੋਨੇ ਦੇ ਗਹਿਣੇ ਦੇ ਸੁਣੇ ਸੀਗੇ ਸੋਨੇ ਦੀ ਟੋਇਲਟ ਸੀ ਮੈਂ ਕਿਹਾ ਵੀ ਹੋ ਸਕਦਾ ਮਿਊਜ਼ੀਅਮ 'ਚ ਰੱਖੀ ਹੋਵੇ ਉਹਨਾਂ ਨੇ ਵੀ ਵੇਖਣ ਨੂੰ ਵੀ ਭਾਈ ਸਾਹਿਬ ਐਂ ਲੋਕ ਆਉਣਗੇ ਅਗਲਾ ਆਖੇ ਵੀ ਬੱਲੇ 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 ਆਹ ਜਿਹੜੀ ਕਿਤੇ ਟੋਇਲਟ ਸੀਟ ਹੋਵੇ ਨਾ ਬੰਦੇ ਦੇ ਘਰ ਲੱਗੀ ਨਹੀਂ ਜੀ ਉਹ ਜਿਹੜੀ ਗੱਲ ਬੰਦਾ ਦਫ਼ਤਰ ਦਫ਼ਤਰ ਭੁੱਲ ਕੇ ਉੱਥੇ ਬੈਠਾ ਰਿਹਾ ਕਰੇ ਬਸ ਬਾਹਰੋਂ ਬੂਹਾ ਖੜਕਾਉਂਦੇ ਰਿਹਾ ਕਰ ਨਿਕਲਿਆ ਹੁਣ ਮੈਂ ਵੀ ਬਹਿਣਾ ਹੈ ਨਹੀਂ ਇੱਦਾਂ ਦੀ ਗੱਲ ਨਹੀਂ ਹੈ ਐਕਚੁਅਲ 'ਚ ਟੋਇਲਟ ਸੀਟ ਨੂੰ ਕੋਈ ਵੀ ਯੂਜ਼ ਕਰ ਸਕਦਾ ਜਿਹੜਾ ਵੀ ਉਸ ਮਿਊਜ਼ੀਅਮ ਦੇ ਵਿੱਚ ਟਿਕਟ ਲੈ ਕੇ ਜਾਏ ਉਹਨੂੰ ਯੂਜ਼ ਕਰ ਸਕਦਾ ਮਤਲਬ ਕਿੱਡੀ ਹੈਰਾਨਗੀ ਵਾਲੀ ਗੱਲ ਹੈ ਵੀ ਅਗਲਿਆਂ ਨੇ ਸੋਨੇ ਦੀ ਸੀਟ ਲਾਈ ਹੈ ਉਹ ਵੀ ਮਤਲਬ ਸੱਚੀ ਮੁੱਚੀ ਵਾਲੇ ਵਾਸ਼ਰੂਮ 'ਚ ਯੈਸ ਐਂਡ ਲੋਕੀ ਸੱਚੀ ਮੁੱਚੀ ਉਹਨੂੰ ਯੂਜ਼ ਕਰਦੇ ਆ ਮੈਂ ਕਹਿੰਦੀ ਹਾਂ ਇਹ ਬਾਹਰਲੇ ਮੁਲਕਾਂ 'ਚ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਕਾਮਯਾਬ ਨੇ ਮੈਂ ਨਾ ਜੇ ਇਮੇਜਿਨ ਕਰੋ ਪੰਜਾਬ ਦਾ ਇੱਕ ਕੋਈ ਪਿੰਡ ਓਏ ਹੋਏ ਪਿੰਡ ਕੀ ਮੈਂ ਨਾ ਕਿਸੇ ਸ਼ਹਿਰ 'ਚ ਲਾ ਲਓ ਚਲੋ ਪੰਜਾਬ ਦਾ ਇੱਕ ਕੋਈ ਬਹੁਤ ਉੱਚਾ ਸੁੱਚਾ ਸ਼ਹਿਰ ਹਾਂ ਤੇ ਉੱਥੇ ਕਿਸੇ ਦਿਮਾਗ 'ਚ ਆਵੇ ਵੀ ਇਹ ਵਾਲੀ ਸੀਟ ਆਪਾਂ ਉੱਥੇ ਜਾ ਕੇ ਲਵਾਉਂਦੇ ਮਤਲਬ ਮੰਨ ਲਓ ਸਰਕਾਰ ਹੀ ਲਵਾ ਦੇਵੇ ਕਿਸੇ ਮਿਊਜ਼ੀਅਮ ਦੇ ਵਿੱਚ ਐਂਡ ਉਹਦੀ ਟਿਕਟ ਮੰਨ ਲਓ 1000 ਰੁਪਈਆ ਵੀ ਰੱਖ ਦੇਵੇ ਨਾ ਹਾਂ ਚਲੋ ਅੱਜ ਮੈਂ ਭਾਈ ਸਾਹਿਬ ਹਾਂ ਕਰਕੇ ਮਤਲਬ ਗੱਠੜੀ ਲੱਦੀ ਹੋਣੀ ਜਿੱਦਾਂ ਮੰਨ ਲਓ ਤੁਸੀਂ ਆ ਮੈਡਮ ਮਿਊਜ਼ੀਅਮ ਦੇ ਤੁਸੀਂ ਉਹ ਮਾਲਕ ਹੋ ਤੇ ਮੈਂ ਹੁਣ ਪਿੰਡੋਂ ਆਇਆ ਮੈਡਮ ਟਿਕਟ ਦਿਓ ਹੈ ਇੱਕ ਕਾਦੀ ਟਿਕਟ ਆ ਮੈਡਮ ਮਿਊਜ਼ੀਅਮ ਦੀ ਕੀ ਗੱਲ ਹੋ ਗਈ ਨਾ ਕੋਈ ਨਹੀਂ ਮੈਡਮ ਛੇਤੀ ਕਰ ਲਓ ਤੁਸੀਂ ਟਿਕਟ ਦੇ ਦਿਓ ਮੈਂ ਨਾ ਮਿਊਜ਼ੀਅਮ 'ਚ ਤੁਹਾਡੇ ਮੂਰਤੀਆਂ ਵੇਖਣੀਆਂ ਨਹੀਂ ਨਹੀਂ ਪਰ ਇਹਨੇ ਤੁਸੀਂ ਮੈਂ ਮੈਨੂੰ ਬੜਾ ਚਾਹ ਮਿਊ ਮੂਰਤੀਆਂ ਵੇਖਣ ਦਾ ਮੈਨੂੰ ਵਿਖਾ ਦਿਓ ਟਿਕਟ ਤੇ ਦੇ ਦਿਓ ਮੈਡਮ ਜੀ ਦੇ ਦਿੰਨੀ ਆ ਪਰ ਮੈਨੂੰ ਦੱਸੋ ਤਾਂ ਸਹੀ ਐਕਚੁਅਲੀ ਦੇਖਣਾ ਕੀ ਮੈਡਮ ਤੁਸੀਂ ਜੇ ਗੱਲਾਂ ਕਰੀਗਾ ਮੇਰਾ ਵੇਖਣ ਦਾ ਮਜ਼ਾ ਖਤਮ ਹੋ ਜਾਣਾ ਤੁਸੀਂ ਚੇਤੇ ਕਰ ਲਓ ਟਿਕਟ ਦੇ ਦਿਓ ਮਤਲਬ ਉਹਨੂੰ ਐ ਹੋਣਾ ਵੀ ਮੈਂ ਇੱਕ ਵਾਰ ਉੱਤੇ ਜਾ ਆਵਾਂ ਉੱਤੇ ਜਾ ਕੇ ਉਹਨੇ ਸੈਲਫੀਆਂ ਜ਼ਰੂਰ ਖਿੱਚਣੀਆਂ ਉਹਦੇ ਨਾਲ ਫਿਰ ਉਹਨੇ ਫਲੌਂਟ ਕਰਨਾ ਕਹਿੰਦਾ ਸਾਡੇ ਨਾਲ ਦੀ ਅਮੀਰੀ ਕਿਤੇ ਭਾਈ ਸਾਹਿਬ ਸਾਡੇ ਘਰੇ ਕਹਿੰਦਾ ਮੈਂ ਸੋਨੇ ਦੀ ਸੀਟ ਤੇ ਮਤਲਬ ਗੁਰਪ੍ਰੀਤ ਜੀ ਓਏ ਹੋਏ ਇਹ ਹੋ ਸਕਦਾ ਵੀ ਬੰਦਾ ਫੀਲਿੰਗ ਲੈ ਜੇ ਬਾਹਰਲੇ ਬਣੇ ਨਾ ਜਿਵੇਂ ਬੂਹਾ ਖੜਕਾਇਆ ਨਾ ਕਹਿੰਦੇ ਉਹ ਨਿਕਲਿਆ ਹੋਣਾ ਐਡੀ ਜਲਦੀ ਨਿਕਲਿਆ ਮੈਂ ਟਿਕਟ ਨਹੀਂ ਖਰਚੀ ਭਵਿੱਖ ਇਧਰ ਇੰਡੀਆ ਵੱਲੋਂ ਕੁਛ ਮੰਗਾ ਲੈਣ ਟਰਾਲੀਆਂ ਚਾਰ ਕੀ ਫਰਕ ਪੈਂਦਾ ਆਪਣੀ ਚੀਜ਼ ਆਪਣੀ ਹੁੰਦੀ ਹੈ ਚਲੋ ਨਹੀਂ ਬਣਦੀ ਗੱਲ ਇੰਡੀਆ ਵਾਲਿਆਂ ਨਾਲ ਤੇ ਬਣਦੀ ਹੈ ਨਾ ਗੁਰਪ੍ਰੀਤ ਜੀ ਆਪਣੀ ਚੀਜ਼ ਆਪਣੀ ਹੁੰਦੀ ਹੈ ਤੇ ਉਹ ਵੀ ਤੇ ਆਪਣੀ ਹੋ ਜਾਣੀ ਜਦੋਂ ਉੱਥੇ ਚਲ ਗਏ ਪਰ ਫੇਰ ਵੀ ਜੀਨਸ ਤਾਂ ਮਾਰ ਕਰਦੇ ਨੇ ਜੀਨਸ ਦੀ ਗੱਲ ਨਹੀਂ ਮੈਂ ਪੈਸੇ ਬਚਾਉਣ ਦੀ ਗੱਲ ਕਰ ਨਾਲੇ ਤੁਰੰਤ ਪਲੇ ਪਲਾਏ ਕਜਾ ਉਹ ਅਜੇ ਮਤਲਬ ਗਾਂ ਦੀਆਂ ਸੋਚਾਂ ਸਾਰਿਆਂ ਨੂੰ ਦੱਸ ਦਿਓ ਨਾ ਕੀ ਗੱਲ ਕਰ ਰਹੇ ਐਵੇਂ ਮਤਲਬ
ਦੱਸੋ ਫਿਰ ਤੁਸੀਂ ਮੇਰੇ 'ਚ ਤਾਂ ਹੌਸਲਾ ਨਹੀਂ ਚੱਕਰ ਇਹ ਹੈ ਜੀ ਕਿ ਜੇ ਮੈਂ ਜਾਪਾਨ ਦੀ ਗੱਲ ਕਰਾਂ ਤੁਹਾਨੂੰ ਪਤਾ ਜਾਪਾਨ ਦੇ ਵਿੱਚ ਬਜ਼ੁਰਗਾਂ ਦੀ ਜਿਹੜੀ ਪਾਪੂਲੇਸ਼ਨ ਆ ਉਹ ਸਭ ਤੋਂ ਜ਼ਿਆਦਾ ਹੈ ਯਾਨੀ ਕਿ ਵਿਆਹ ਨਹੀਂ ਕਰਾਉਂਦੇ ਲੋਕੀ ਤੇ ਗਾਂ ਨਿਆਣਿਆਂ ਦੀ ਕਮੀ ਆ ਕਹਿੰਦੇ ਹਾਂ ਜਵਾਨ ਪਾਪੂਲੇਸ਼ਨ ਨਹੀਂ ਹੈਗੀ ਪਲੱਸ ਜਿਹੜੇ ਆਲਰੇਡੀ ਨੌਜਵਾਨ ਉੱਥੋਂ ਦੇ ਹੈਗੇ ਨੇ ਉਹ ਕੋਈ ਤਾਂ ਵਿਆਹ ਹੀ ਨਹੀਂ ਕਰਾਉਣਾ ਚਾਹੁੰਦਾ ਐਂਡ ਇਸ ਲਈ ਜਿਹੜੇ ਬੱਚੇ ਨੇ ਉਹ ਉਹਨਾਂ ਦੀ ਕਮੀ ਹੋ ਰਹੀ ਹੈ ਸੋ ਜਿਹੜੀ ਜਾਪਾਨ ਦੀ ਗਵਰਨਮੈਂਟ ਹੈ ਉਹ ਲੋਕਾਂ ਨੂੰ ਪੈਸੇ ਪੇ ਕਰ ਰਹੀ ਹੈ ਕਿ ਤੁਸੀਂ ਵਿਆਹ ਕਰਾਓ ਤੇ ਨਾਲੇ ਤਾਂ ਨਿਆਣੇ ਪੈਦਾ ਕਰੋ ਹਾਂਜੀ ਹਾਂ ਮਤਲਬ ਹੈਰਾਨਗੀ ਵਾਲੀ ਗੱਲ ਵੀ ਇੱਕ ਪਾਸੇ ਭਾਰਤ ਸਰਕਾਰ ਉਹ ਹੱਥ ਜੋੜ ਕੇ ਕਹਿੰਦੀ ਹੈ ਵੀ ਸਰਕਾਰੀ ਹਸਪਤਾਲ ਮੇ ਆਏ ਮਤਲਬ ਇੱਕ ਹੀ ਬੱਚਾ ਦੋ ਹੀ ਬੱਚਾ ਕਾਫੀ ਪਾਏ ਔਰ ਉਸਕੇ ਬਾਅਦ ਪੈਸੇ ਵੀ ਲੈ ਜਾਏ ਪਰ ਬੱਸ ਕਰ ਜਾਏ ਭਾਜੀ ਉਧਰਲੇ ਬੰਨੇ ਜਾਪਾਨ ਵਾਲੀ ਸਰਕਾਰ ਉਹ ਕਹਿੰਦੇ ਵੀ ਇੱਕ ਵਾਰ ਹਮਾਰੇ ਪਾਸ ਆਏ ਪੈਸੇ ਵੀ ਲੈ ਭਾਈ ਸਾਹਿਬ ਤੋ ਮਤਲਬ ਵਿਆਹ ਤੋਂ ਕਰਾਏ ਉਹ ਦੇਸ਼ ਕਾ ਵੀ ਸੋਚੇ ਸੋਚਾਏ ਸਹੀ ਗੱਲ ਹੈ ਪਾਪਾ ਜੀ ਕੀ ਉਮਰ ਦੇਖ 95 ਕੁ ਪਾਰ ਹੋ ਗਏ ਹੈ ਆਪਣੀ ਖੁਦ ਕੀ ਮਤਲਬ 40 ਕੇ ਪਾਰ ਟੱਪ ਗਈ ਹੈ ਕੁਝ ਮਤਲਬ ਪਾਪਾ ਜੀ ਕੋ ਵੀ ਪੋਤਾ ਪੋਤੀ ਦਿਖਾਏ ਹਾਂ ਉਹ ਵੀ ਥੋੜਾ ਜਿਹਾ ਬਚਪਨ ਦਾ ਅਹਿਸਾਸ ਕਰਾਏ ਪੈਸੇ ਲੈ ਜਾਏ ਮਾਰੇ ਸੇ ਕਹਿੰਦੇ ਤੁਸੀਂ ਕਿੰਨੀ ਤਕੜੀ ਮਸ਼ਹੂਰੀ ਕਰਨ ਲੱਗ ਗਏ ਮੈਂ ਇਹ ਸਹਰਾਨ ਮਤਲਬ ਜਾਪਾਨ ਵਾਲੀ ਸਰਕਾਰ ਪੈਸੇ ਦੇ ਕੇ ਕਹਿੰਦੀ ਤੁਸੀਂ ਵਿਆਹ ਕਰਾਓ ਗਾਂ ਨਿਆਣੇ ਜੰਮੋ ਪੈਸੇ ਕਮਾ ਲਓਗੇ ਮਤਲਬ ਇਹ ਤਾਂ ਕਿੱਡਾ ਵੱਡਾ ਰੁਜ਼ਗਾਰ ਆ ਕਦੇ ਇੰਡੀਆ ਵਾਲੀ ਸਰਕਾਰ ਕਰਕੇ ਬੈਠੀ ਜਾ ਮਤਲਬ ਜਾਪਾਨ ਵਾਲੇ ਮੈਂ ਤਾਂ ਕਹਿ ਰਿਹਾ ਵੀ ਇੰਡੀਆ ਨੂੰ ਕਦੇ ਆਰਡਰ ਹੀ ਦੇ ਲੈਣ ਹੋਰ ਨਹੀਂ ਕੁਛ ਵੀ ਭਾਈ ਸਾਹਿਬ ਦੇਖੋ ਇੱਦਾਂ ਹੈ ਕਿ ਅਸੀਂ ਇੰਨੇ ਕਰੋੜ ਪੇ ਕਰ ਦਿਆਂਗੇ ਤੇ ਸਾਨੂੰ ਮਤਲਬ ਮਤਲਬ ਇੰਨੇ ਕੁ ਲੱਖ ਆਬਾਦੀ ਚਾਹੀਦੀ ਹੈ ਹਾਂ ਤੇ ਲੈ ਵੈਸੇ ਵੀ ਤਾਂ ਮਤਲਬ ਕਿਤੇ ਏਜੰਟਾਂ ਨੂੰ ਪਤਾ ਲੱਗ ਜਾਵੇ ਤਾਂ ਉਹਨਾਂ ਨੇ ਕਹਿਣਾ ਅੱਜ ਹੀ ਪੀਆਰ ਪਾਓ ਜਾਪਾਨ ਦੀ ਕਿ ਓਏ ਹੋਏ ਹੋਏ ਹਾਂ ਬਸ ਇੰਨਾ ਹੀ ਹੈ ਕਿ ਥੋੜਾ ਮਾਤਾ ਨੂੰ ਮਨਾਉਣਾ ਪੈਣਾ ਹੈ ਕਾਦਲੇ ਬਹੁ ਰਾਣੀ ਫਿਰ ਉੱਥੇ ਆ ਗਏ ਹੋ ਤੁਸੀਂ ਵੀ ਪਾਣੀ ਵਾਰ ਮਤਲਬ ਬੰਨੇ ਦੀ ਮਾਏ ਯਾਰ ਉਹ ਤੇ ਫਿਰ ਸੋਚਣਾ ਹੀ ਪਏਗਾ ਹੁਣ ਇਦਾਂ ਥੋੜਾ ਆਦਾ ਮਤਲਬ ਜਾਪਾਨ ਵਾਲਿਆਂ ਦੀ ਜਿਹੜੀ ਆਬਾਦੀ ਉਹ ਵਿਚਾਰੇ ਮਤਲਬ ਇਹ ਸੋਧੇ ਹੀ ਕਹਿਣ ਵੀ ਪੰਜਾਬੀ ਦਬੱਲੀ ਆਓ ਗੱਲ ਤਾਂ ਸਹੀ ਹੈ ਉਹ ਕਰਕੇ ਤੇ ਨਹੀਂ ਨਾ ਹੁੰਦਾ ਚਲ ਕੋਈ ਨਹੀਂ ਬੇਬੇ ਮੰਨ ਜੂਗੀ ਕਿ ਜਿੱਥੇ ਪੁੱਤ ਦਾ ਫਿਊਚਰ ਸੈੱਟ ਹੁੰਦਾ ਹੋਵੇ ਮੰਨਣਾ ਪੈਂਦਾ ਵੈਸੇ ਇੱਕ ਗੱਲ ਹੈ ਮੈਂ ਸੋਚਦਾ ਚਲੋ ਬਾਕੀ ਗੱਲਾਂ ਛੱਡਣ ਮੈਂ ਕਹਿੰਦਾ ਆਪਣੇ ਪੰਜਾਬ ਵਾਲੀਆਂ ਨਾ ਜਿਹੜੀਆਂ ਮਾਈਆਂ ਬੇਬੇ ਚਾਚੀਆਂ ਤਾਈਆਂ ਹੁੰਦੀਆਂ ਨਾ ਉਹਨਾਂ ਨੂੰ 50-60 ਨੂੰ ਵੀਜ਼ਾ ਦੇ ਦੇਣੇ ਜਾਪਾਨ ਦਾ ਕਾਹਦੇ ਲਈ ਬਸ ਉਹਨਾਂ ਨੇ ਜਦੋਂ ਉੱਥੇ ਨਾ ਕੋਈ ਵੀ ਹਾਂ ਕੁੜੇ ਹੈ ਫੇ ਕੋਈ ਖਬਰ ਕਹਿ ਨਹੀਂ ਕੁੜੀ ਨੇ ਇੱਧਰੋਂ ਐਂ ਨੂੰ ਲੰਘਣਾ ਨਾ ਮੈਨੂੰ ਤਾਂ ਲੱਗਦਾ ਹੀ ਪ੍ਰਸੰਨ ਕੁਰੇ ਹੈ ਗੱਲ ਕੋਈ ਕੁੜੀ ਨੇ ਇੱਧਰੋਂ ਪੁੱਛੋ ਹਾਂ ਜਰਾ ਹੈ ਕੋਈ ਗੱਲ ਪੈਸੇ ਐਵੇਂ ਖਰਚਣ ਦਾ ਮੈਂ ਤਾਂ ਮਾਈਆਂ ਲੈ ਜਾਣਾ ਉਹਨਾਂ ਨੇ ਪੁੱਛ ਪੁੱਛ ਕੇ ਆ ਕੰਮ ਕਰਦਾ ਮੈਂ ਹੁੰਦਾ ਨਹੀਂ ਇੱਦਾਂ ਦੱਸ ਮੈਂ ਝੂਠ ਮਾਰਦਾ ਹਾਜ਼ਰ ਹੈ ਜੱਜ ਦਾ ਵਿਚਾਰ ਝੂਲਦੀ ਹੋਈ ਹਵਾ ਚੋਂ ਓਏ ਹੋਏ ਹੋਏ ਚਮਕਦੀ ਹੋਈ ਸੂਰਜ ਦੀ ਰੋਸ਼ਨੀ ਤੋਂ ਓਏ ਹੋਏ ਹੋਏ ਇੱਧਰ ਹਵਾ ਚੱਲ ਰਹੀ ਹੈ ਇਹ ਹਵਾ ਮੈਨੂੰ ਚੱਲ ਰਹੀ ਘੱਟ ਲੱਗਦੀ ਹੈ ਇਹ ਖਲੋਤੀ ਲੱਗਦੀ ਹੈ ਥੋੜੀ ਨਹੀਂ ਇਹ ਥੋੜੀ ਹੌਲੀ ਹੌਲੀ ਚੱਲਣੀ ਸ਼ੁਰੂ ਹੋਈ ਹੈ ਨਾ ਅੱਛਾ ਅੱਛਾ ਹਾਂ ਇਦਾਂ ਇਦਾਂ ਓਹੋ ਮੈਂ ਨਾ ਛੁਰੀਆਂ ਵਾਲਾ ਪੱਖਾ ਨਾ ਮੰਗਾ ਲਈ ਕਿ ਇਦਾਂ ਹਵਾ ਪਹੁੰਚਣੀ ਨਹੀਂ ਕਿਤੇ ਵੀ ਜਿੱਦਾਂ ਲੱਗ ਰਹੀ ਹੈ ਗੁਰਪ੍ਰੀਤ ਜੀ ਹਾਲੇ ਸ਼ੁਰੂ ਹੋਈ ਸੀ ਮਸਾਂ ਆਉਂਦੇ ਹੀ ਇਦਾਂ 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 ਹੋ ਜਾ ਕਰੇ ਹੌਲੀ ਸ਼ੁਰੂ ਹੋਈ ਨਾ ਮੈਂ ਤਾਂ ਗਿਆ ਹੌਲੀ ਹੌਲੀ ਇਦਾਂ ਇਦਾਂ ਕਦੀ ਮੀਂਹ ਨਹੀਂ ਪੈਂਦਾ ਵੇਖੇ ਇਦਾਂ ਹੌਲੀ ਹੌਲੀ ਫੇਰ ਗੜਗੜ 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 ਹੋ ਜਾਂਦੀ ਹੈ ਆ ਗੜਗੜ ਗੜਗੜ ਵੇਖਣ ਵਾਲੇ ਹੀ ਬਾਕੀ ਚੀਜ਼ਾਂ ਹੀ ਚੀਜ਼ਾਂ ਹੀ ਤੁਸੀਂ ਮੈਨੂੰ ਪੁੱਛਿਆ ਨਹੀਂ ਮੈਂ ਕੀ ਕਹਿ ਰਹੀ ਹਾਂ ਝੂਠ ਉਹ ਦੱਸੇਂਗੀ ਤਾਂ ਆ ਭੂਆ ਕਮੀਜ਼ ਆ ਕਮੀਜ਼ ਕੀ ਬੱਤੀ ਬਣਾਏਗੀ ਕਮੀਜ਼ ਤੋਂ ਬੱਤੀ ਬਣੇਗੀ ਹਾਂ ਇਦਾਂ ਕਿਦਾਂ ਮਤਲਬ ਵਿਗਿਆਨੀਆਂ ਨੇ ਕਿਹੋ ਜਿਹਾ ਫੈਬਰਿਕ ਤਿਆਰ ਕਰਤਾ ਜੀ ਇਸ ਫੈਬਰਿਕ ਦੇ ਨਾਲ ਤੁਸੀਂ ਕਹਿੰਦੇ ਕਿ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਵੇਂ ਤੁਹਾਡਾ ਮੋਬਾਈਲ ਫੋਨ ਹੋ ਗਿਆ ਹੋਰ ਜਿਹੜੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਨੇ ਉਹਨਾਂ ਨੂੰ ਤੁਸੀਂ ਚਾਰਜ ਕਰ ਸਕਦੇ ਹੋ ਓਏ ਹੋਏ ਹੋਏ ਇਹ ਜਿਹੜਾ ਫੈਬਰਿਕ ਹੈ ਬੱਤੀ ਤੇ ਹਵਾ ਦੇ ਨਾਲ ਚਾਰਜ ਹੋਏਗਾ ਮਤਲਬ ਅੱਗੇ ਬੱਤੀ ਪੈਦਾ ਕਰੇਗਾ ਹਾਂ ਮਤਲਬ ਤੁਸੀਂ ਸ਼ਰਟ ਪਾਓ ਸ਼ਰਟ ਦੇ ਨਾਲ ਫੋਨ ਲਗਾਓ ਤੇ ਫੋਨ ਚਾਰਜ ਇਹ ਵੈਸੇ ਬੜੀ ਗਲਤ ਆਈਟਮ ਬਣਾਤੀ ਕਿਉਂ ਬਹੁਤ ਜ਼ਿਆਦਾ ਗਲਤ ਆਈਟਮ ਇਹਦੇ 'ਚ ਕੀ ਗਲਤੀ ਲੱਗ ਰਹੀ ਹੈ ਤੁਹਾਨੂੰ ਇਹ ਹੋਣੀ ਨਹੀਂ ਚਾਹੀਦੀ ਉਹੋ ਕਿਹੜੀ ਗੱਲੋਂ ਦੇਖੋ ਬਾਹਰੋਂ ਇਧਰੋਂ ਕਿਸੇ ਨੇ ਮਤਲਬ ਪਿੰਡ ਥੋੜਾ ਜਿਹਾ ਡਿਫੂਸ ਬਣਾਉਣ ਨੂੰ ਭੇਜਤੀ ਹਾਂ ਵੀ ਲੈ ਪਾਪਾ ਜੀ ਦੇ ਲਈ ਕਮੀਜ਼ ਭੇਜੀ ਐ ਮੈਂ ਹੈ ਕਿ ਨਹੀਂ ਗੱਲ ਪਾਪੇ ਨੇ ਪਹਿਲੀ ਗੱਲ ਤੇ ਪਾ ਕੇ ਪੂਰੇ ਪਿੰਡ 'ਚ ਫਲਾਉਂਟ ਕਰਦੇ ਬਣਾ ਲੈ ਮੁੰਡੇ ਆਪਣੇ ਭੇਜੀ ਆ ਹਾਂ ਪਤਾ ਨਹੀਂ ਕਹਿੰਦਾ ਇੱਥੇ ਮੋਬਾਈਲ ਮੋਬੂਲ ਕੁਝ ਚਾਰਜ ਹੋ ਜਾਂਦਾ ਹਾਂ ਲੈ ਨਿਕਾ ਤੂੰ ਲਾ ਕੇ ਦੇ ਵੇ ਆਪਣਾ ਮੋਬਾਈਲ ਨਾਲ ਹੀ ਟੋਟ ਵੇਖੇ ਪੂਰੇ ਪਿੰਡ 'ਚ ਰੌਲਾ ਪੈਣਾ ਕਹਿੰਦਾ ਯਾਰ ਉਹ ਲੱਛੇ ਕਹਿੰਦਾ ਪਾਪਾ ਕਰੰਟ ਮਾਰਦਾ ਓਏ ਅੱਛਾ ਉਹਨੂੰ ਬਾਅਦ ਉਹ ਮਤਲਬ ਚੱਲਣੀ 15-20 ਦੇਣੀ ਆ ਉਦੋਂ ਬਾਅਦ ਮਤਲਬ ਹੋ ਸਕਦਾ ਪਾਪੇ ਦਾ ਨੁਕਸਾਨ ਕਰਾਵਣ ਕਦੇ ਕਿਹੜੀ ਗੱਲਾਂ ਮਤਲਬ ਪਾਪਾ ਹੀ ਨੇ ਕੋਈ ਚੇਤਾ ਭੁੱਲਣਾ ਜੇ ਮਤਲਬ ਘਰ ਦੀ ਬੱਤੀ ਬਣਨ ਡਈ ਏ ਤੇ ਕੀ ਲੋੜ ਪੰਗਾ ਲੈਣ ਦੀ ਮਤਲਬ ਟੋਕੇ ਤੇ ਮੋਟਰ ਲੱਗੀ ਬੱਤੀ ਵਾਲੀ ਐਵੇਂ ਬੱਤੀ ਨਹੀਂ ਆਈ ਕਹਿੰਦਾ ਮੈਂ ਪੱਠੇ ਕੁਤਰਨੇ ਸੀ ਉਹਨਾਂ ਨੇ ਪਾਪਾ ਹੀ ਨੂੰ ਉਤਾਰਨ ਲਾ ਲਈਆਂ ਪਤਾ ਲੱਗੇ ਮਤਲਬ ਬਾਅਦ ਚ ਪਾਪਾ ਹੀ ਰਿਹਾ ਵਾਲ ਕਰੇ ਖੜੇ ਹੋਣ ਮੁੜ ਕੇ ਫੋਨ ਨਹੀਂ ਜਾਣਾ ਉਸੇ ਫੋਨ ਤੋਂ ਫੋਟੋ ਖਿੱਚ ਕੇ ਪਿੱਛੇ ਵੀਰ ਨੂੰ ਭੇਜੀ ਹੋਵੇ
ਅਸੀਂ ਤਾਂ ਹਸਪਤਾਲ ਬੈਠੇ ਹਾਂ, ਡਾਕਟਰ ਤਾਂ ਕਹਿੰਦੇ ਚਲੋ ਆ ਜਾਓ ਰੁਮਾਨ, ਪਰ ਕਹਿੰਦੇ ਚੀਜ਼ ਲੱਗੀ ਕਿ ਕਰੰਟ ਪਿਆ ਕਿਹੜੀ ਚੀਜ਼ ਦਾ, ਅਸੀਂ ਦੇਖਿਆ ਭਾਪਾ ਇਹਦੇ ਵਿੱਚ ਹੀ ਬਣਿਆ ਕਰੰਟ। ਇਹ ਵੀਰ ਕਿੱਥੋਂ ਜੀ ਗਲਤ ਤਾਰ ਲਾਈ ਕੋਈ, ਇਹ ਸ਼ਿਕਾਇਤ ਕਰ ਜਰਾ ਉੱਥੇ ਕੰਪਨੀ ਵਾਲਿਆਂ ਨੂੰ ਵੀ ਇਹ ਗਲਤ ਚੀਜ਼ ਬਣਾਈ ਹੈ। ਪਾਪਾ ਲੋਡ ਲੈ ਗਿਆ ਇੱਧਰ। ਹਾਂਜੀ ਹਾਂਜੀ ਹਾਂ ਕੈਪੈਸਿਟਰ ਹੈਲੋ ਹਾਏ ਹਾਏ ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ ਹਰਮਨੇ ਮਾਇਆ ਦਾ ਭਾਈ ਸਵੀਡਨ ਵਾਲਿਆਂ ਦਾ ਬੜਾ ਹੈਰਾਨ ਆ ਭਾਈ। ਸਵੀਡਨ ਵਾਲਿਆਂ ਦਾ? ਸਵੀਡਨ ਵਾਲੇ? ਸਵੀਡਨ ਵਾਲੇ ਇੰਨਾ ਵੀ ਸਵੀਡਨ ਨਹੀਂ ਹੈਗਾ, ਉਹ ਸਵੀਡਨ ਨਹੀਂ ਹੁੰਦਾ ਸਾਡਾ, ਸਫਿਸਟੀਕੇਟਡ ਵੇ ਚ ਬੋਲੋ। ਅੱਛਾ ਸਫਿਸਟੀਕੇਟਡ ਵੇ ਤਾਂ ਹੈਗਾ ਪਰ ਸਫਿਸਟੀਕੇਟਡ ਗੱਲਾਂ ਨਹੀਂ ਹੈਗੀਆਂ ਉਹਨਾਂ ਦੀਆਂ। ਮਤਲਬ ਉਹ ਐਂ ਕਹਿੰਦੇ ਵੀ ਭਾਈ ਹੁਣ ਤੁਸੀਂ ਜਿਹੜਾ ਟੈਲੀਵਿਜ਼ਨ ਸੜ ਗਿਆ, ਜਿਹੜਾ ਤੁਹਾਡੀ ਫਰਿੱਜ ਖਰਾਬ ਹੈ, ਜਿਹੜਾ ਤੁਹਾਡਾ ਕੋਈ ਏਸੀ ਖਰਾਬ ਹੈ, ਕੋਈ ਇਦਾਂ ਦੀਆਂ ਚੀਜ਼ਾਂ, ਸਾਈਕਲ ਖਰਾਬ ਹੈ, ਕੋਈ ਮੋਟਰਸਾਈਕਲ ਖਰਾਬ, ਕਹਿੰਦੇ ਨਵਾਂ ਨਾ ਲਓ, ਉਹਨੂੰ ਰਿਪੇਅਰ ਕਰਾ ਲਓ। ਇਹਦੇ 'ਚ ਮਾੜੀ ਕੀ ਗੱਲ ਹੈ ਬਈ, ਪੰਜਾਬ ਇੰਡੀਆ 'ਚ ਐਵੇਂ ਹੀ ਹੁੰਦਾ, ਮਤਲਬ ਕੋਈ ਰਿਪੇਅਰ ਕਰਨ ਵਾਲਾ ਲੱਭੇ ਤਾਂ ਪਾਪਾ ਜੀ ਆਪ ਹੀ ਪਲਾਸ ਚੱਕ ਕੇ ਸ਼ੁਰੂ ਹੋ ਜਾਂਦੇ ਹੁੰਦੇ ਆ। ਉਹ ਗੱਲ ਠੀਕ ਹੈ, ਮਤਲਬ ਤੁਸੀਂ ਕਾਰਨ ਨਹੀਂ ਪੁੱਛਿਆ। ਕਾਰਨ ਕੀ ਵੈਸੇ? ਕਾਰਨ ਇਹ ਕਹਿੰਦੇ ਕਿ ਦੇਖੋ ਨਵੀਆਂ ਚੀਜ਼ਾਂ ਜਦੋਂ ਕੰਜ਼ਿਊਮਰਸ ਲੈਂਦੇ ਨੇ, ਉਹਨਾਂ ਨਵੀਆਂ ਚੀਜ਼ਾਂ ਉਹਨੂੰ ਬਣਾਉਣ ਦੇ ਉੱਪਰ ਜਿਹੜੀਆਂ ਹੋਰ ਮਤਲਬ ਕਿਹੜੀਆਂ ਕਾਰਬਨ ਗੈਸਿਸ ਤੇ ਪਲਾਂਟਿੰਗ ਪੈਦਾ ਹੁੰਦਾ, ਕਹਿੰਦੇ ਉਹ ਨਹੀਂ ਹੋਊਗਾ, ਪਲੱਸ ਖਰਚਾ ਨਹੀਂ ਹੋਏਗਾ। ਮਤਲਬ ਚੀਜ਼ ਇੱਕ ਵਾਰ ਬਣੀ ਹੈ, ਮਤਲਬ ਤੁਸੀਂ ਅੰਦਾਜ਼ਾ ਲਾਓ ਵੀ ਪਾਪਾ ਜੀ ਦੇ ਦਾਲ ਚ ਆਇਆ ਕਰਾਂ ਕੂਲਰ, ਉਦੋਂ ਬਾਅਦ ਮਤਲਬ ਪੋਤਰੇ ਦੀ ਮੰਗਣੀ ਵਾਲੇ ਦਿਨ ਵੀ ਉਹੀ ਕੂਲਰ ਚੱਲਦਾ ਵੀ, ਉਹ ਗੱਲ ਵੱਖਰੀ, ਭਾਵੇਂ ਕੰਨ ਚੋਂ ਐਂ ਕਰਕੇ ਹੈ ਇੱਧਰ ਹੋ ਕੇ ਦੱਸੋ ਭੈਣ ਜੀ ਕੀ ਕਹਿਣ ਡੇ ਕੂਲਰ ਦੀ ਬੜੀ ਆਵਾਜ਼ ਆ, ਪਰ ਉਹ ਕਹਿੰਦੇ ਇੱਦਾਂ ਚਲਾਈ ਜਾਓ। ਗੁਰਪ੍ਰੀਤ ਜੀ ਮੇਨ ਚੀਜ਼ ਤਾਂ ਤੁਸੀਂ ਦੱਸੀ ਨੀ, ਕਿਹੜੀ? ਜਿਹੜੀ ਉਹ ਟੈਕਸ ਚ ਕਹਿੰਦੇ ਛੋਟ ਦੇਵਾਂਗੇ। ਆਹੋ ਹਾਂ, ਮਤਲਬ ਹੈ ਕਮਲੇ ਵਾਲੀ ਗੱਲ, ਉਹ ਕਹਿੰਦੇ ਵੀ ਪੁਰਾਣੀ ਚੀਜ਼ ਜਿਹੜੀ ਉੱਤੇ ਇੱਕ ਤਾਂ ਟੈਕਸ ਮਾਫ਼ ਹੈ, ਉਹਦੀ ਰਿਪੇਅਰ ਤੇ ਵੀ ਟੈਕਸ ਅਦਾ ਕਰ ਦਿਆਂਗੇ, ਅਦਾ ਕਰ ਦਿਆਂਗੇ ਯਾਰ ਸੀਰੀਅਸਲੀ। ਉਹ ਕਹਿੰਦੇ ਕਿ ਤੁਸੀਂ ਪੁਰਾਣੀਆਂ ਚੀਜ਼ਾਂ ਹੀ ਵਰਤੋ, ਦੈਟਸ ਨਾਈਸ ਐਕਚੁਅਲੀ। ਕਹਦਾ ਨਾਈਸ ਆ, ਸਿੱਧੀ ਗੱਲ ਤਾਂ ਦੇਖੋ ਮੈਂ ਕਹਿੰਦਾ ਜੋ ਹੁਣ ਪਤਾ ਨਹੀਂ ਉੱਥੇ ਸਵੀਡਨ 'ਚ ਹੁੰਦੇ ਕਿ ਨਹੀਂ ਹੁੰਦੇ, ਜੇ ਕਿਤੇ ਇਹੀ ਕੰਮ ਆਪਣੀ ਪੰਜਾਬ ਸਰਕਾਰ ਨੇ ਕੀਤਾ ਹੁੰਦਾ, ਟੈਂਕੀਆਂ 'ਤੇ ਪਤਾ ਕੌਣ ਚੜ੍ਹਨਾ ਸੀ? ਕੌਣ? ਕਬਾੜੀਏ ਕੂਲਰ ਕੋਈ ਪੱਖਾ ਕੋਈ ਵੇਚਲਾ, ਅਸੀਂ ਕਿੱਥੋਂ ਨਾਲੇ ਪਾਲਣੇ ਜੀ, ਸਰਕਾਰ ਡੈਡਲਾਈਨ ਤੇ ਹੋਈ ਹੈ। ਨਹੀਂ ਨਹੀਂ ਪਰ ਸਰਕਾਰ ਤਾਂ ਭਲਾ ਸੋਚ ਰਹੀ ਹੈ ਨਾ, ਇਹ ਕਾਹਦਾ ਭਲਾ, ਅਸੀਂ ਵੀ ਤਾਂ ਦੇਣੇ ਪਾਲਣੇ, ਕੋਈ ਸਾਡੇ ਬਾਰੇ ਵੀ ਸੋਚੋ। ਹਰੇਕ ਦਾ ਆਪਣਾ ਆਪਣਾ ਹਿਸਾਬ ਹੈ ਨਾ, ਹੁਣ ਆਪਣੇ ਵਾਲੇ ਤਾਂ ਬੰਦਾ ਦੋ ਚਾਰ ਸਾਲ ਕਿਤੇ ਗੱਡੀ ਚਲਾ ਲਵੇ ਨਾ, ਆਂਢੀ ਗੁਆਂਢੀ ਕਹਿਣ ਲੱਗ ਪੈਂਦੇ ਆਹ ਵੇਚਣਾ ਨੀ ਕਵਾੜ ਜਾ ਜੇ, ਐਵੇਂ ਦਬੱਲੀ ਜਾਂਦੇ ਇਹੀ। ਅੱਛਾ ਜੇ ਕਿਤੇ ਸਕੂਟਰ ਮੋਟਰਸਾਈਕਲ ਰਾਜ ਖਰਾਬ ਹੋ ਜਾਏ ਨਾ, ਪੂਰੇ ਪਿੰਡ ਚ ਡੌਂਡੀ ਪਿੱਟ ਦਿੰਦੇ ਆ, ਆਹ ਵੇਖ ਲਾ ਆਕੜਿਆ ਵੇਖ ਕਿੱਦਾਂ ਜਾਂਦਾ ਕਿਲਰ ਕਿਰਲੇ ਤੇ। ਹੁਣ ਪਰਸੋਂ ਅੱਡੇ ਦੇ ਐ ਰੇੜੀ ਆਵੇ, ਮੈਂ ਨੀ ਲੱਕਿਆ, ਮੈਂ ਲੱਗ ਮੈਂ ਲਾਂਘਾ ਚੁੱਪ ਕਰਕੇ, ਮੈਂ ਨਵਾਂ ਲਿਆ ਮੋਟਰਸਾਈਕਲ ਤੈਨੂੰ ਪਤਾ। ਸੀਰੀਅਸਲੀ ਆਪਣੀ ਆਪਣੀ ਸੰਸਕ੍ਰਿਤੀ ਹੈ। ਅੱਛਾ ਫਿਰ ਕਹੀਏ ਕਰ ਉਦਾਂ ਸਵੀਡਨ, ਹੁਣ ਤੈਨੂੰ ਲੱਗਦਾ ਮੈਨੂੰ ਸਵੀਡਨ ਕਹਿਣਾ ਚਾਹੀਦਾ? ਹਾਂਜੀ ਹਰਮਨ ਜੀ ਕੁਛ ਤੇ ਦੱਸੋ। ਸਫੈਦੇ ਉਡਾਉਣਗੇ ਜਹਾਜ਼ਾਂ ਨੂੰ? ਸਫੈਦੇ ਉਡਾਉਣਗੇ, ਸਫੈਦੇ ਜਹਾਜ਼ਾਂ ਨੂੰ ਉਡਾਉਣਗੇ ਕਿ ਸਫੈਦਿਆਂ ਦੇ ਉੱਤੇ ਜਹਾਜ਼ ਉੱਡਣਗੇ? ਨੋ 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 ਨੋ, ਸਫੈਦੇ ਉਡਾਉਣਗੇ ਜਹਾਜ਼ਾਂ ਨੂੰ। ਓਏ ਹੋਏ, ਇਹ ਕੋਈ ਨਵੀਂ ਖੋਜ ਹੋਈ ਹੈ ਆਸਟ੍ਰੇਲੀਆ ਦੇ ਵਿੱਚ ਇੱਕ ਨਵੀਂ ਤਕਨੀਕ। ਮੈਨੂੰ ਲੱਗਦਾ ਵੀ ਇਹਦਾ ਮਤਲਬ ਸਫੈਦੇ ਦੇ ਬਾਲੇ ਕੱਟ ਕੇ ਜਹਾਜ਼ 'ਚ ਰੱਖ ਲਿਆ ਕਰਨਗੇ, ਉੱਤੇ ਵਿੱਚ ਡਾਉਂਦੇ ਰਿਹਾ ਕਰਨਗੇ। ਇਹਦਾ ਕੈਪਟਨ ਵੇਖ ਰਹੇ ਹੋ, ਇੱਦਾਂ ਕਰ ਬਈ ਆਪਾਂ ਲੰਡਨ ਉਤਰਨ ਵਾਲੇ ਹਾਂ ਤੇ ਦੋ ਬਾਲੇ 5 ਫੁੱਟ ਫਸਾ ਦਿਓ ਵਿੱਚ। ਇੱਦਾਂ ਸਮੁੰਦਰ ਦੇ ਉੱਤੇ ਉੱਡਦਾ ਜਾ ਰਿਹਾ ਤੇ ਉਧਰੋਂ ਮਤਲਬ ਪਿੱਛੋਂ ਤਿਰ ਗਈ ਏਅਰ ਹੋਸਟੈਸ ਆ ਕੇ, ਹਾਏ ਕੈਪਟਨ ਸਾਹਿਬ ਪਿੱਛੇ ਤੇ ਬਾਲ ਹੈ ਕੋਈ ਨੀ ਬਚਿਆ, ਆਪਾਂ ਹੁਣ ਕਿੱਦਾਂ ਕਰਨੀ ਜੇ? ਜਹਾਜ਼ ਨੂੰ ਉਡਾਇਆ ਜਾਂਦਾ, ਪਰ ਹੁਣ ਕਹਿੰਦੇ ਕਿ ਯੂਕਲਿਪਟਸ ਯਾਨੀ ਕਿ ਸਫੈਦੇ ਜਿਹੜੇ ਨੇ ਉਹਨਾਂ ਨੂੰ ਯੂਜ਼ ਕੀਤਾ ਜਾਏਗਾ ਉਹ ਸਪੈਸ਼ਲ ਕਾਈਂਡ ਦੇ ਤੇਲ ਨੂੰ ਬਣਾਉਣ ਦੇ ਲਈ। ਬਾਈ ਸਾਇੰਸਦਾਨਾਂ ਨੇ ਚੀਜ਼ ਤਾਂ ਕਮਾਲ ਹੀ ਹੈ ਨਾ ਪੂਰੀ, ਹੈ ਕਿ ਨਹੀਂ? ਪਰ ਇੱਕ ਗੱਲ ਹੈ ਕਿ
मतलब हुण जदों पंजाब दीआं सड़कां भी मतलब 8 9 10 12 15 14 24 मार्गी बन गईआं हुण तां सफेदी उहनां भी वधते मतलब जां तां इह पहिलां बणाउंदे तां फिर तां चलो पंजाब सरकार नूं लोकां नूं फायदा हो जांदा वटां तां हुण तां मतलब जट्टां भी वधते उह कहिंदे भाई साहिब पाणी बहुत पींदा पंजाब सरकार हुण मतलब ऐलान करदे कि असीं तुहानूं सबसिडी देवांगे तुसीं अपने किल्यां दे विच सफेदे लाउणे शुरू करो पंजाब सरकार इक नवीं पहल करन जा रही है जिस दे राहीं ज्यादा तों ज्यादा तेल बना के जहाजां दे विच भर के असीं उड़ावांगे सबसिडी लैण दे लई थल्ले लिखे नंबरां दे उप्पर संपर्क कर सकदे हो मैनूं ऐ गल लगदा तूं मशहूरी करदी रही इहनां दी वैसे ही मैं क्या नहीं मैनूं इह धर्मी गल ओदां दी गल चोला फुकरी दे मारी सकदा ना काजी लै मैं कहना भाजे तुसी कुड़ी दा साग करन वाले बनो 15 किल्यां च सफेदा लगा भावे तुसी जहाज दे दियो दाज दे विच अगले चला ही लेना है पापी पेट ली किन्नी एक दूजे दी बेइज्जती करदे आ सत श्री अकाल जी फिर हुण सत श्री अकाल जी हाजर है जज दा विचार।